ਕਿੰਨੀ ਕੁ ਉਮੀਦ ਲੱਗਦੀ ਹੈ ਕਿ ਲੋਕ ਤੁਹਾਨੂੰ ਫਤਵਾ ਦੇਣਗੇ ਜਾਂ ਕਿਹੜੇ ਮੁੱਦੇ ਲੈ ਕੇ ਤੁਸੀਂ ਚੰਡੀਗੜ੍ਹ ਦੇ ਵਿੱਚ ਲੋਕਾਂ ਕੋਲ ਜਾ ਰਹੇ ਹੋ? ਫਤਵਾ ਦੇਣਗੇ ਲੋਕ, ਮੈਨੂੰ ਫਤਵਾ ਦਿੰਦੇ ਆਏ, ਲੋਕਾਂ ਦਾ ਵਿਸ਼ਵਾਸ ਹੈ ਕਿ ਹਰਦੀਪ ਸਿੰਘ ਕੰਮ ਕਰਦਾ ਹੈ। ਕਿਉਂਕਿ ਇੱਕ ਪਾਸੇ ਤੁਸੀਂ ਕਿਰਨ ਖੈਰ ਜੀ ਦਾ ਪ੍ਰਚਾਰ ਕਰ ਰਹੇ ਸੀ, ਇੱਕ ਪਾਸੇ ਤੁਸੀਂ ਹੁਣ ਆਪਣਾ ਪ੍ਰਚਾਰ ਕਰ ਰਹੇ ਹੋ, ਉਹੀ ਭਾਜਪਾ ਦੇ ਖਿਲਾਫ ਬੋਲਣਾ ਪਏਗਾ। ਦੇਖੋ ਹਰਦੀਪ ਸਿੰਘ ਮੁੱਦਿਆਂ ਦੀ ਲੜਾਈ, ਜੇ ਉਹਨਾਂ ਦੇ ਨਾਲ ਸਮਝੌਤਾ ਵੀ ਸੀ ਉਦੋਂ ਵੀ ਮੈਂ ਮੁੱਦਿਆਂ ਦੀ ਲੜਾਈ ਲੜਦਾ ਬਾਅਦ ਚੁੱਕਾਂਗੇ ਕਿ ਇੱਕ ਪਾਸੇ ਤਾਂ ਚੰਡੀਗੜ੍ਹ ਦੀ ਰਾਜਨੀਤੀ, ਦੂਜੇ ਪਾਸੇ ਪਾਰਲੀਮੈਂਟ ਜਾ ਕੇ ਬੋਲਣਾ ਬਹੁਤ ਔਖਾ ਹੁੰਦਾ। ਸੱਚ ਬੋਲਦਾ ਹੈ ਨਾ, ਹਾਂ ਸੱਚ ਬੋਲਣ ਵਾਲੇ ਨੂੰ ਕੋਈ ਆਂਚ ਨਹੀਂ। ਮਨੀਸ਼ ਤਿਵਾੜੀ ਨੂੰ ਕਿਵੇਂ ਦੇਖਦੇ ਹੋ, ਉਹ ਵੀ ਉਮੀਦਵਾਰ ਤੁਹਾਡੇ ਮੁਕਾਬਲੇ 'ਚ ਖੜੇ? ਦਾ ਪਿਛੋਕੜ ਹੈ ਵੀ ਉਹਨਾਂ ਨੇ ਰਾਜਨੀਤੀ ਕਰਨੀ ਹੈ ਕੇਂਦਰ। ਪਿਛਲੇ 10 ਸਾਲ ਦਾ ਕਾਰਜਕਾਲ ਕਿਰਨ ਖੈਰ ਜੀ ਦਾ ਕਿਵੇਂ ਦੇਖਦੇ, ਕੀ ਹਾਲਾਤ ਬਦਲੇ ਚੰਡੀਗੜ੍ਹ ਦੇ ਜਾਂ ਕੀ ਖਰਾਬ ਹੋਏ ਨੇ ਹਾਲਾਤ ਚੰਡੀਗੜ੍ਹ? ਟ੍ਰੈਫਿਕ ਦਾ ਜਿਹੜਾ ਮਸਲਾ ਹੈ ਉੱਥੇ ਦਾ, ਉਹਨੇ ਇਹ ਵਾਅਦਾ ਕਰਦੇ ਹੋ ਕਿ ਲੋਕ ਫਤਵਾ ਦਿੰਦੇ ਨੇ ਕਿ ਉਹਨਾਂ ਦੇ ਮਕਾਨ ਦੇ ਉੱਤੇ ਪੀੜਾ ਪੰਜਾ ਨਹੀਂ ਚੱਲੇਗਾ, ਦੁਕਾਨਾਂ ਦੇ ਉੱਤੇ ਪੀੜਾ ਪੰਜਾ ਨਹੀਂ ਚੱਲੇਗਾ? 98% ਲੋਕਾਂ ਨੂੰ ਨੋਟਿਸ ਆਏ ਹੋਏ ਨੇ। ਅੱਛਾ 98%, ਹਾਂਜੀ, ਹਾਊਸਿੰਗ ਬੋਰਡ ਦੇ ਮਕਾਨਾਂ ਜਿਹੜੇ ਰਹਿ ਰਹੇ ਹੈ ਉਹਨਾਂ ਦਾ ਵਿਚਾਰਿਆਂ ਦਾ ਕੀ ਕਸੂਰ ਹੈ? ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਹਰਿਆਣੇ ਦੀ ਰਾਜਧਾਨੀ ਚੰਡੀਗੜ੍ਹ, ਚੰਡੀਗੜ੍ਹ 50 ਪਿੰਡ ਸੀ, ਜੋ 50 ਪਿੰਡਾਂ ਵਿੱਚੋਂ 28 ਪਿੰਡ ਉਜਾੜੇ, 22 ਪਿੰਡ ਪਿੱਛੇ ਬਚ ਕੇ ਸੀ, ਉਸ ਤੋਂ ਬਾਅਦ ਸ਼ਹਿਰ ਵਸਿਆ। ਸ਼ਹਿਰ ਦੇ ਵਿੱਚ ਸਮੇਂ ਸਮੇਂ ਸਿਰ ਅਲੱਗ ਅਲੱਗ ਪਾਰਟੀਆਂ ਦੇ MP ਬਣਦੇ ਆਏ ਨੇ, ਪਰ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੇ ਪਹਿਲੀ ਵਾਰ ਚੰਡੀਗੜ੍ਹ ਦੇ ਵਿੱਚ ਆਪਣਾ ਉਮੀਦਵਾਰ ਉਤਾਰਿਆ। ਉਮੀਦਵਾਰ ਵੀ ਉਹ ਜਿਹੜਾ ਛੋਟੇ ਜਿਹੇ ਸੈਕਟਰ ਤੋਂ ਛੋਟੀ ਰਾਜਨੀਤੀ ਸ਼ੁਰੂ ਕਰਕੇ ਚੰਡੀਗੜ੍ਹ ਦੇ ਵਿੱਚ ਆਇਆ ਸੀ, ਪਰ ਹੁਣ ਪਾਰਲੀਮੈਂਟ ਦੀ ਚੋਣ ਲੜਨ ਜਾ ਰਿਹਾ। ਗੱਲ ਕਰਨ ਜਾ ਰਹੇ ਹਾਂ ਹਰਦੀਪ ਸਿੰਘ ਬਟਰੇਲਾ, ਜੋ ਕਿ MC ਬਣਦੇ ਆਏ ਨੇ, ਕਾਫੀ ਉਹਨਾਂ ਦਾ ਚੰਡੀਗੜ੍ਹ ਦੇ ਵਿੱਚ ਨਾਮ ਵੀ ਹੈ, ਤਾਂ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਸਾਡੇ ਨਾਲ ਹਰਦੀਪ ਸਿੰਘ ਬਟਰੇਲਾ ਨੇ। ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ। ਜਿਸ ਤਰੀਕੇ ਨਾਲ ਮੈਂ ਗੱਲ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਹਿਲੀ ਵਾਰ ਚੰਡੀਗੜ੍ਹ ਦੇ ਵਿੱਚ ਆਪਣਾ ਉਮੀਦਵਾਰ ਉਤਾਰਿਆ, ਕਿੰਨੀ ਕੁ ਉਮੀਦ ਲੱਗਦੀ ਹੈ ਕਿ ਲੋਕ ਤੁਹਾਨੂੰ ਫਤਵਾ ਦੇਣਗੇ ਜਾਂ ਕਿਹੜੇ ਮੁੱਦੇ ਲੈ ਕੇ ਤੁਸੀਂ ਚੰਡੀਗੜ੍ਹ ਦੇ ਵਿੱਚ ਲੋਕਾਂ ਕੋਲ ਜਾ ਰਹੇ ਹੋ? ਨਹੀਂ ਬਿਲਕੁਲ, ਲੋਕ ਫਤਵਾ ਦੇਣਗੇ, ਲੋਕ ਮੈਨੂੰ ਫਤਵਾ ਦਿੰਦੇ ਆਏ, ਲੋਕਾਂ ਦਾ ਵਿਸ਼ਵਾਸ ਹੈ ਕਿ ਹਰਦੀਪ ਸਿੰਘ ਕੰਮ ਕਰਦਾ ਹੈ। ਤਾਂ ਹੀ ਇੱਕ ਵਾਰ ਤੋਂ ਹੀ ਇੱਕ ਪਰਿਵਾਰ ਚੋਂ ਸੀ, 3 ਜਣਿਆਂ ਨੂੰ ਇੱਕੋ ਥਾਂ ਤੋਂ 5 ਵਾਰ ਜਿਤਾਇਆ, ਮੇਰੇ ਪਿਤਾ ਜੀ ਨੂੰ ਜਿਤਾਇਆ, ਮੈਨੂੰ ਜਿਤਾਇਆ ਤੇ 3 ਵਾਰ ਹੁਣ ਮੈਨੂੰ ਜਿਤਾਇਆ, 3 ਵਾਰ ਲਗਾਤਾਰ ਮੈਨੂੰ ਜਿਤਾਇਆ। ਇਸ ਵਾਰ ਤਾਂ ਅਸੀਂ ਜਿਹੜੀ ਚੋਣ ਵੀ ਲੜੀ ਸੀ ਉਹ BJP ਤੋਂ ਹਟ ਕੇ ਲੜੀ ਸੀ, ਅਲੱਗ ਲੜੇ ਸੀ, ਔਰ ਉਹਦੇ ਵਿੱਚ ਵੀ ਲੋਕਾਂ ਨੇ ਫਤਵਾ ਦਿੱਤਾ। ਉਹਨਾਂ ਲੋਕਾਂ ਦੀ ਬਦੌਲਤ ਹੀ ਅੱਜ ਮੈਂ ਇਹ ਟਿਕਟ ਦਾ ਹੱਕਦਾਰ ਹੋਇਆ, ਉਹਨਾਂ ਲੋਕਾਂ ਦਾ ਵੀ ਧੰਨਵਾਦ ਹੈ ਜੀ। ਅੱਛਾ 2014 ਦੇ ਵਿੱਚ ਜਦੋਂ ਭਾਜਪਾ ਤੁਸੀਂ ਪ੍ਰਚਾਰ ਸ਼ੁਰੂ ਕੀਤਾ, ਨਾਲ ਤੁਹਾਡਾ ਗਠਜੋੜ ਸੀ, ਪਰ ਹੁਣ ਅਲੱਗ ਤੋਂ ਚੋਣ ਲੜਨੀ ਪੈ ਰਹੀ ਹੈ, ਲੋਕਾਂ ਦੇ ਵਿੱਚ ਕਿਵੇਂ ਜਾਓਗੇ? ਇੱਕ ਪਾਸੇ ਤੁਸੀਂ ਕਿਰਨ ਖੈਰ ਜੀ ਦਾ ਪ੍ਰਚਾਰ ਕਰ ਰਹੇ ਸੀ, ਇੱਕ ਪਾਸੇ ਤੁਸੀਂ ਹੁਣ ਆਪਣਾ ਪ੍ਰਚਾਰ ਕਰ ਰਹੇ ਹੋ, ਉਹੀ ਭਾਜਪਾ ਦੇ ਖਿਲਾਫ ਬੋਲਣਾ ਪਏਗਾ? ਦੇਖੋ ਤੁਸੀਂ ਰਾਜਨੀਤੀ ਦੇ ਵਿੱਚ ਦੇਖਿਆ ਹੈ ਕੀ ਬਦਲਾਅ ਹੁੰਦੇ ਆਏ, ਹਾਂਜੀ ਠੀਕ ਹੈ ਨਾ ਜੀ। ਹਰਦੀਪ ਸਿੰਘ ਦਾ ਇਹ ਹੈ ਵੀ ਹਰਦੀਪ ਸਿੰਘ ਕਿਤੇ ਬਦਲਿਆ ਨੀ, ਹਰਦੀਪ ਸਿੰਘ ਮੁੱਦਿਆਂ ਦੀ ਲੜਾਈ, ਜੇ ਉਹਨਾਂ ਦੇ ਨਾਲ ਸਮਝੌਤਾ ਵੀ ਸੀ ਉਦੋਂ ਵੀ ਮੈਂ ਮੁੱਦਿਆਂ ਦੀ ਲੜਾਈ ਲੜਦਾ ਰਿਹਾ, ਚਾਹੇ ਹਾਊਸਿੰਗ ਬੋਰਡ ਦਾ ਸੰਘਰਸ਼ ਹੋਵੇ, ਚਾਹੇ ਉਹ ਪੰਜਾਬੀ ਮਾਂ ਬੋਲੀ ਦਾ ਸੰਘਰਸ਼ ਹੋਵੇ, ਕੋਈ ਵੀ ਸੰਘਰਸ਼ ਹੋਵੇ ਆਪਾਂ ਲੜਿਆ ਏ, ਔਰ ਲੋਕਾਂ ਨੂੰ ਵਿਸ਼ਵਾਸ ਹੈ ਕਿ ਹਰਦੀਪ ਸਿੰਘ ਜਿਹੜਾ ਹੈਗਾ ਕੰਮ ਕਰਨ ਵਾਲਾ ਮੁੰਡਾ ਏ, ਜਿਹੜਾ ਇੱਥੇ ਦੀ ਗੱਲ ਕਰੇਗਾ। ਦਿੱਲੀ ਵਾਲੀਆਂ ਪਾਰਟੀਆਂ ਨੇ ਦੋਨੋਂ ਜਿਹੜੀਆਂ ਦਾ ਏਜੰਡਾ ਸਾਫ ਹੈ ਕਿ ਉੱਥੋਂ ਜੋ ਹੁਕਮ ਹੈ ਉਹ ਵਜਾਣਾ ਏ, ਇਹੀ ਪਾਰਟੀ ਹੈ ਜਿਹੜੀ ਜਿਹਦਾ ਨੁਮਾਇੰਦਾ ਉੱਥੇ ਜਾ ਕੇ ਇੱਥੋਂ ਦੇ ਲੋਕਾਂ ਦੀ ਗੱਲ ਪਹੁੰਚਾਊਗਾ।
ਨਹੀਂ, ਦੋਨੋਂ ਪਾਰਟੀਆਂ ਦਾ ਏਜੰਡਾ ਇਹੀ ਰਿਹਾ ਹੈ ਕਿ ਦਿੱਲੀ ਏਜੰਡਾ ਇੱਥੇ ਲਾਗੂ ਹੋਣਾ ਹੈ। ਹਾਂਜੀ, ਉਹ ਪਾਲਿਸੀਆਂ ਨੂੰ ਅਮੈਂਡ ਕਰਾਉਣ ਵਾਸਤੇ ਇੱਥੋਂ ਕਦੇ ਲੈ ਕੇ ਹੀ ਨਹੀਂ ਗਏ, ਕਿਉਂਕਿ ਉਹ ਡਰਦੇ ਆ, ਉਹਨਾਂ ਨੇ ਉਹਨਾਂ ਨੂੰ ਪਤਾ ਕਿ ਉੱਥੇ ਆ ਕੇ ਫਿਰ ਦਬਕਾ ਮਾਰ ਦਿੰਦੇ ਆ ਔਰ ਫਿਰ ਇਹ ਪਾਰਟੀਆਂ ਦੇ ਨੁਮਾਇੰਦੇ ਚੁੱਪ ਹੋ ਜਾਂਦੇ ਆ। ਖੇਤਰੀ ਪਾਰਟੀ ਹੈ ਜਿਹੜੀ ਕਿ ਜਿਹਦਾ ਨੁਮਾਇੰਦਾ ਉੱਥੇ ਜਾ ਕੇ ਗੱਲ ਕਰੇਗਾ, ਪਾਲਿਸੀ ਮੈਟਰ ਤੇ ਗੱਲ ਕਰਾਂਗੇ। ਅੱਛਾ, ਚੰਡੀਗੜ੍ਹ ਦੇ ਵਿੱਚ ਸਭ ਤੋਂ ਜ਼ਿਆਦਾ ਪੰਜਾਬੀ ਲਾਗੂ ਕਰਨ ਨੂੰ ਵਾਰ ਵਾਰ ਪ੍ਰਦਰਸ਼ਨ ਹੁੰਦੇ ਰਹੇ, ਵਾਰ ਵਾਰ ਲੋਕਾਂ ਨੇ ਮੁੱਦੇ ਵੀ ਚੁੱਕੇ, ਤੁਸੀਂ ਮੁੱਦਾ ਚੁੱਕਦੇ ਰਹੇ ਹੋ, ਪਰ ਪੰਜਾਬੀ ਲਾਗੂ ਕਰਨੀ ਕਿੰਨੀ ਕੁ ਪੋਸੀਬਲ ਹੈ? ਅਗਰ ਤੁਹਾਨੂੰ ਲੋਕ ਫਤਵਾ ਦਿੰਦੇ ਨੇ, ਕਿਵੇਂ ਆਵਾਜ਼ ਚੁੱਕੋਗੇ ਕਿ ਇੱਕ ਪਾਸੇ ਤਾਂ ਚੰਡੀਗੜ੍ਹ ਦੀ ਰਾਜਨੀਤੀ, ਦੂਜੇ ਪਾਸੇ ਪਾਰਲੀਮੈਂਟ ਜਾ ਕੇ ਬੋਲਣਾ ਬਹੁਤ ਔਖਾ ਹੁੰਦਾ? ਨਹੀਂ, ਕੋਈ ਔਖਾ ਨਹੀਂ ਹੁੰਦਾ, ਜਿਹੜਾ ਬੰਦਾ ਸੱਚ ਬੋਲਦਾ ਹੈ ਨਾ ਜੀ, ਹਾਂ, ਸੱਚ ਬੋਲਣ ਵਾਲੇ ਨੂੰ ਕੋਈ ਆਂਚ ਨਹੀਂ। ਸੱਚ ਆਪਾਂ ਇੱਥੇ ਵੀ ਜਿਹੜੀ ਰਾਜਨੀਤੀ ਕਰੀ ਹੈ ਆਪਣੀ, ਸੇਵਾ ਦੀ ਰਾਜਨੀਤੀ ਕਰੀ ਹੈ ਤੇ ਲੋਕਾਂ ਦੇ ਨਾਲ ਖੜੇ ਹੈ, ਮੁੱਦਿਆਂ ਦੇ ਨਾਲ ਖੜੇ ਹੈ, ਆਪਣੇ ਮੁੱਦਿਆਂ ਨਾਲ ਕਦੀ ਕੰਪਰੋਮਾਈਜ਼ ਨਹੀਂ ਕਰਿਆ, ਚਾਹੇ ਸਾਡਾ ਇਹਨਾਂ ਨਾਲ ਸਮਝੌਤਾ ਵੀ ਸੀ। ਇਸ ਕਰਕੇ ਲੋਕਾਂ ਨੂੰ ਮੇਰੇ ਤੇ ਵਿਸ਼ਵਾਸ ਹੈ, ਪੰਜਾਬੀ ਬੋਲਦੇ ਅਸੀਂ ਹਰੇਕ ਐਜੀਟੇਸ਼ਨ ਦੇ ਅੰਦਰ, ਹਰਦੀਪ ਸਿੰਘ ਤੁਹਾਨੂੰ ਅੱਗੇ ਮਿਲਿਆ ਹੈ ਪੰਜਾਬੀ ਵਾਸਤੇ, ਅਸੀਂ ਪੰਜਾਬੀ ਮਾਂ ਬੋਲੀ ਦੀ ਗੱਲ ਸੰਸਦ ਦੇ ਵਿੱਚ ਗੂੰਜੇਗੀ ਤੇ ਕੰਮ ਕਰਾ ਕੇ ਲਿਆਵਾਂਗੇ। ਆਮ ਆਦਮੀ ਪਾਰਟੀ ਨੇ ਸਮਰਥਨ ਦਿੱਤਾ ਕਾਂਗਰਸ ਨੂੰ, ਜੋ ਐਮ ਪੀ ਮਨੀਸ਼ ਤਿਵਾੜੀ ਖੜੇ ਨੇ ਇਸ ਵਾਰ ਉਮੀਦਵਾਰ ਚੰਡੀਗੜ੍ਹ ਦੇ ਵਿੱਚ, ਜੀ ਕਿਵੇਂ ਦੇਖਦੇ ਹੋ? ਇੱਕ ਪਾਸੇ ਪੰਜਾਬ ਦੇ ਵਿੱਚ ਲਗਾਤਾਰ ਵਿਰੋਧੀ ਧਿਰਾਂ ਇੱਕ ਦੂਜੇ ਤੇ ਇਲਜ਼ਾਮ ਲਾ ਰਹੀਆਂ, ਦੂਜੇ ਪਾਸੇ ਚੰਡੀਗੜ੍ਹ ਦੇ ਸਮਰਥਨ। ਮੈਂ ਉਹੀ ਕਹਿ ਰਿਹਾ ਵੀ ਸਮਰਥਨ ਤੁਸੀਂ ਦੇਖੇ ਲਿਆ, ਮੇਰੇ ਇਲੈਕਸ਼ਨ 'ਚ ਕਾਹਦਾ ਸਮਰਥਨ ਸੀ? ਇੱਕ ਪਾਰਟੀ ਨੇ ਮੇਅਰ ਬਣਾ ਲਿਆ, ਦੂਜੇ ਪਾਰਟੀ ਦੇ ਸੀਨੀਅਰ ਡਿਪਟੀ ਮੇਅਰ ਹਰਵਾ ਤੇ, ਦੋ ਦਿਨਾਂ ਬਾਅਦ ਉਹ ਕੌਂਸਲਰ ਵਾਪਸ ਚਲੇ ਜਾਂਦੇ ਆ, ਇਹ ਕਾਹਦਾ ਸਮਰਥਨ ਹੈ? ਆਪਣੇ ਆਪ ਨੂੰ ਬਣਾਉਣਾ ਸੀ ਨਾ, ਇਸ ਕਰਕੇ ਸਮਰਥਨ ਕੋਈ ਨਹੀਂ ਹੈ, ਇਹ ਤਾਂ ਸਿਰਫ ਆਪਣੀ ਆਪਣੀ ਰਾਜਨੀਤੀ ਚੱਲ ਰਹੀ ਹੈ। ਆਮ ਆਦਮੀ ਪਾਰਟੀ ਵਾਲਾ ਕਿਉਂ ਜਿਤਾਊਗਾ ਜੀ ਕਾਂਗਰਸ ਵਾਲੇ ਨੂੰ? ਕਿਉਂ, ਅਗਲੀ ਵਾਰ ਉਹਨਾਂ ਨੇ ਆਪਣਾ 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 ਅੱਗਾ ਮਾਰਨਾ ਹੈ। ਪਰ ਉਹ ਕੱਲ ਕਾਨਫਰੰਸ ਕੀਤੀ ਹੈ, ਵੱਡੇ ਲੀਡਰ ਵੀ ਆਏ ਹੋਏ ਸੀ। ਹਾਂ, ਵੱਡੇ ਲੀਡਰ ਪ੍ਰੇਮ ਗਰਗ ਜੀ ਵੀ ਮੀਟਿੰਗ ਸੀਗੇ ਉੱਥੋਂ ਜੀ। ਅੱਛਾ, ਠੀਕ ਹੈ ਨਾ, ਉਹ ਨਹੀਂ, ਉਹ ਨਹੀਂ ਚਾਹੁੰਦੇ? ਹਾਂ, ਮੈਂ ਕਹ ਰਿਹਾ ਕਾਫੀ ਲੋਕ ਹੈ ਇਹਨਾਂ ਦਾ, ਇੱਕ ਬੰਦਾ ਜਿਹੜਾ ਉਹ ਆਜ਼ਾਦ ਖੜਨ ਨੂੰ ਤਿਆਰ ਹੋਇਆ ਹੋਇਆ। ਅੱਛਾ, ਠੀਕ ਹੈ ਨਾ, ਆਮ ਆਦਮੀ ਪਾਰਟੀ ਦਾ ਕਾਫੀ ਕੁਛ ਹੈ ਜਿਹੜਾ ਵਿੱਚੋਂ ਵਿੱਚ ਚੱਲ ਰਿਹਾ ਹੈ। ਹਾਂ, ਇੱਕ ਮੁਸਲਿਮ ਫੇਸ ਹੈ ਜਿਹੜਾ ਕਿ ਆਜ਼ਾਦ ਖੜਨ ਨੂੰ ਉਤਾਵਲਾ ਹੋਇਆ ਹੋਇਆ। ਅੱਛਾ, ਉਹ ਕਿਹਨਾਂ ਦੀ ਸ਼ਹਿ ਕਿਹਦੀ ਨਹੀਂ ਹੈ, ਉਹ ਦੇਖਣ ਵਾਲਾ ਗੱਲ ਹੋਏਗੀ। ਐਮਪੀ ਮਨੀਸ਼ ਤਿਵਾੜੀ ਨੂੰ ਕਿਵੇਂ ਦੇਖਦੇ ਹੋ? ਉਹ ਵੀ ਉਮੀਦਵਾਰ ਤੁਹਾਡੇ ਮੁਕਾਬਲੇ 'ਚ ਖੜੇ ਆ। ਮਨੀਸ਼ ਤਿਵਾੜੀ ਜੀ ਦਾ ਜੀ ਜਿਹੜਾ ਹੈਗਾ, ਉਹਨਾਂ ਦਾ ਪਿਛੋਕੜ ਹੈ ਵੀ ਉਹਨਾਂ ਨੇ ਰਾਜਨੀਤੀ ਕਰਨੀ ਹੈ ਕੇਂਦਰ ਦੀ। ਅੱਛਾ, ਉਹਨਾਂ ਨੇ ਕੇਂਦਰ ਦੀ ਰਾਜਨੀਤੀ ਕਰਨੀ ਹੈ, ਉਹਨਾਂ ਨੇ ਇੱਥੋਂ ਜਿੱਤ ਕੇ ਚੱਲ, ਜੇ ਜਿਵੇਂ ਲੁਧਿਆਣੇ ਤੋਂ ਜਿੱਤੇ, ਲੁਧਿਆਣੇ ਦੇ ਨਹੀਂ ਰਹੇ, ਸ੍ਰੀ ਅਨੰਦਪੁਰ ਸਾਹਿਬ ਤੋਂ ਜਿੱਤੇ ਉੱਥੇ ਦੇ ਨਹੀਂ ਰਹੇ, ਹੁਣ ਚੰਡੀਗੜ੍ਹ ਦੇ ਕਿੱਥੇ ਹੋ ਜਾਣਗੇ? ਉਹਨਾਂ ਨੇ ਜੇ ਚੰਡੀਗੜ੍ਹ ਦੇ ਲੋਕ ਸੰਤਾਪ 10,000 ਤੋਂ ਜਿਹੜਾ 10 ਸਾਲ ਤੋਂ ਹੰਢਾ ਰਹੇ ਹੈ, ਉਹ ਜਿਹੜਾ ਸੰਤਾਪ 5 ਸਾਲ ਨਹੀਂ ਹੋਰ ਹੰਢਾਣਾ, ਤਾਂ ਇਹਨਾਂ ਨੂੰ ਤਾਂ ਬਿਲਕੁਲ ਨੇੜੇ ਹੀ ਨਾ ਲਾਇਓ। ਪਿਛਲੇ 10 ਸਾਲ ਦਾ ਕਾਰਜਕਾਲ ਕਿਰਨ ਖੈਰ ਜੀ ਦਾ ਕਿਵੇਂ ਦੇਖਦੇ ਹੋ? ਕੀ ਹਾਲਾਤ ਬਦਲੇ ਚੰਡੀਗੜ੍ਹ ਦੇ, ਜਾਂ ਕੀ ਖਰਾਬ ਹੋਏ ਨੇ ਹਾਲਾਤ ਚੰਡੀਗੜ੍ਹ ਦੇ? ਟ੍ਰੈਫਿਕ ਦਾ ਜਿਹੜਾ ਮਸਲਾ ਹੈ ਉੱਥੇ ਦਾ ਉੱਥੇ, ਹਾਊਸਿੰਗ ਬੋਰਡ ਦਾ ਮਸਲੇ ਜਿਹੜੇ ਵਧੇ ਹੀ ਨੇ ਤਕਲੀਫਾਂ, ਠੀਕ ਹੈ ਜੀ, ਪੰਜਾਬੀ ਮਾਂ ਬੋਲੀ ਦੀ ਕੋਈ ਪੁੱਛ ਨਹੀਂ ਹੋਈ, ਪਿੰਡਾਂ ਦੇ ਵਿੱਚ ਜਿਹੜਾ ਬਿਲਡਿੰਗ ਬਾਇਲਾਸ ਤੇ ਕੋਈ ਕੰਮ ਨਹੀਂ ਹੋਇਆ, ਲੈਂਡ ਪੁਲਿੰਗ ਤੇ ਕੋਈ ਕੰਮ ਨਹੀਂ ਹੋਇਆ, ਔਰ ਦੇਖੋ ਲੋਕ ਜਿਹੜੇ ਫਲੋਰ ਵਾਈਜ਼ ਜਿਹੜੇ ਰਜਿਸਟਰੀ ਵਾਲਾ ਮਸਲਾ ਹੈ, ਉਹਦੀ ਕੋਈ ਚਾਰਾ ਜੋਈ ਨਹੀਂ ਕਰ ਰਹੇ, ਠੀਕ ਹੈ ਨਾ ਜੀ। ਇਸ ਕਰਕੇ ਮਸਲੇ ਬਹੁਤ ਨੇ ਹਾਊਸਿੰਗ ਬੋਰਡ ਦੇ ਅੰਦਰ, ਸਾਡੇ ਬਹੁਤਾਤ ਗਿਣਤੀ ਹੈ ਜਿਹੜੇ, ਕੋਈ ਹਿਮਾਚਲ ਤੋਂ ਆ ਕੇ ਰਹਿ ਰਿਹਾ ਹੈ, ਕੋਈ ਉੱਤਰਾਖੰਡ ਤੋਂ ਆ ਕੇ ਰਹਿ ਰਿਹਾ, ਕੋਈ ਹਰਿਆਣੇ ਤੋਂ ਆ ਕੇ ਰਹਿ ਰਿਹਾ ਹੈ, ਕਿਉਂਕਿ ਚੰਡੀਗੜ੍ਹ ਇੱਕ ਮਿਸ਼ਰਣ ਹੈ, ਹਰੇਕ
ਪਾਸੇ ਦੇ ਜਿਹੜੇ ਲੋਕ ਨੇ ਇੱਥੇ ਹਿਮਾਚਲ ਹਰ ਪ੍ਰਾਂਤ ਤੋਂ ਆਇਆ ਹੋਇਆ ਹਰ ਪ੍ਰਾਂਤ ਤੋਂ ਜਿਹੜੇ ਲੋਕ ਆ ਕੇ ਇੱਥੇ ਰੁਕੇ, ਉਹਨਾਂ ਦਾ ਵਿਚਾਰਿਆਂ ਦਾ ਕੀ ਕਸੂਰ ਹੈ? ਉਹ ਇੱਕ ਤਾਂ ਆਪਣਾ ਪਿੰਡ ਛੱਡ ਕੇ ਉਹਨਾਂ ਨੇ ਸਾਰੀ ਉਮਰ ਇੱਥੇ ਚੰਡੀਗੜ੍ਹ ਨੂੰ ਦਈ ਹੈ, ਔਰ ਉਹਨਾਂ ਦੇ ਮਕਾਨਾਂ ਦੇ ਫੇਰੇ ਜੇਸੀਬੀ ਲੈ ਕੇ ਖੜ ਜਾਂਦੇ ਨੇ, ਪੰਜਾ ਲੈ ਕੇ ਖੜ ਜਾਂਦੇ ਨੇ, ਉਹਨਾਂ ਦਾ ਬਹੁਤ ਵੱਡਾ ਦੁੱਖ ਹੈ। ਔਰ ਹਰਦੀਪ ਸਿੰਘ ਇਹ ਹੁੰਦਾ ਸੀ, ਦੋਨਾਂ ਕੈਂਡੀਡੇਟਾਂ ਨੂੰ ਪੁੱਛ ਲਓ ਵੀ ਇਹ ਕਿੱਥੇ ਸੀ ਹਾਊਸਿੰਗ ਬੋਰਡ ਦੇ ਐਜੀਟੇਸ਼ਨਾਂ ਚ, ਔਰ ਉਹ ਜਦੋਂ ਤੁਹਾਡੀ ਪੰਜਾ ਲੈ ਕੇ ਆਉਂਦੀ ਹੈ ਹਰਦੀਪ ਸਿੰਘ ਪੁਲਿਸ ਹਰਦੀਪ ਸਿੰਘ ਨੂੰ ਚੱਕ ਕੇ ਹੀ ਉਹਨਾਂ ਨੂੰ ਟਾਣ ਜਾਂਦੀ ਹੈ, ਹਰਦੀਪ ਸਿੰਘ ਖੜਦਾ ਏ ਅੜਦਾ ਏ। ਤੁਸੀਂ ਹਾਊਸਿੰਗ ਬੋਰਡ ਦੀ ਗੱਲ ਕੀਤੀ ਹੈ ਕਿ ਹਾਊਸਿੰਗ ਦੇ ਵਿੱਚ ਇਹ ਕੰਮ ਹੁੰਦੇ ਨੇ, ਪਰ ਹੁਣ ਇਹ ਵਾਅਦਾ ਕਰਦੇ ਹੋ ਕਿ ਲੋਕ ਫਤਵਾ ਦਿੰਦੇ ਨੇ ਕਿ ਉਹਨਾਂ ਦੇ ਮਕਾਨ ਦੇ ਉੱਤੇ ਪੀੜਾ ਪੰਜਾ ਨਹੀਂ ਚੱਲੇਗਾ, ਦੁਕਾਨਾਂ ਦੇ ਉੱਤੇ ਪੀੜਾ ਪੰਜਾ ਨਹੀਂ ਚੱਲੇਗਾ, ਕਿਉਂਕਿ ਰਿਕਾਰਡ ਹੋ ਰਿਹਾ ਤੁਹਾਨੂੰ ਅੱਗੇ ਫਿਰ ਇਹ ਵੀਡੀਓ ਆ ਜਾਣੀ ਜਦੋਂ ਤੁਸੀਂ ਐਮ ਪੀ ਬਣਦੇ ਹੋ? ਬਿਲਕੁਲ ਨਹੀਂ ਚੱਲੇਗਾ ਜੀ, ਬਿਲਕੁਲ ਇਹ ਪੰਜਾ ਨਹੀਂ ਚੱਲੂਗਾ। ਮੈਂ ਜਿਹੜਾ ਇਹਦੇ ਚ ਵਨ ਟਾਈਮ ਜਿਹੜੀ ਸੈਟਲਮੈਂਟ ਹੈ ਉਹਦੇ ਉਹ ਜਿਹੜਾ ਹੈਗਾ ਉਹ ਉਹਨੂੰ ਲਾਗੂ ਕਰਵਾਉਣ ਦੀ ਕਰਾਵਾਂਗਾ, ਤੇ ਜਿਹੜੇ ਲੋਕਾਂ ਨੂੰ ਇੱਥੇ ਰਿਲੀਫ ਕਰਾਵਾਂਗਾ। 98% ਲੋਕਾਂ ਨੂੰ ਨੋਟਿਸ ਆਏ ਹੋਏ ਜੀ, 98% ਹਾਂਜੀ, ਹਾਊਸਿੰਗ ਬੋਰਡ ਦੇ ਮਕਾਨਾਂ ਜਿਹੜੇ ਰਹਿ ਰਹੇ ਹੈ ਉਹਨਾਂ ਦਾ ਵਿਚਾਰਿਆਂ ਦਾ ਕੀ ਕਸੂਰ ਹੈ? ਉਹਨਾਂ ਦੀ ਵਿਚਾਰਿਆਂ ਦੀ ਰਾਤਾਂ ਦੀ ਨੀਂਦ ਉੜੀ ਹੋਈ ਹੈ, ਬਹੁਤ ਬੰਦਿਆਂ ਦੇ ਕੈਂਸਲੇਸ਼ਨ ਦੇ ਆਰਡਰ ਆਏ ਹੋਏ ਨੇ। ਕੈਂਸਲੇਸ਼ਨ ਦਾ ਮਤਲਬ ਵੀ ਉਹ ਰਹਿ ਰਿਹਾ ਹੈ ਸਿਰਫ ਉੱਥੇ, ਕਿਸੇ ਨਾ ਕਿਸੇ ਦੇ ਨੇ ਪੋਜੈਸ਼ਨ ਵੀ ਲੈ ਲੈਣਗੇ ਉਹਨਾਂ ਤੋਂ। ਠੀਕ ਹੈ। ਅੱਛਾ, ਦੂਜੇ ਪਾਸੇ ਭਾਜਪਾ ਨੇ ਵੀ ਇਸ ਵਾਰ ਲੋਕਲ ਉਮੀਦਵਾਰ ਦਾ ਖੇਲਿਆ, ਸੰਜੇ ਟੰਡਨ ਜੀ ਨੂੰ ਟਿਕਟ ਦਿੱਤੀ, ਤਾਂ ਕਿਵੇਂ ਦੇਖਦੇ ਹੋ ਉਸਨੂੰ? ਸੰਜੇ ਟੰਡਨ ਜੀ ਕਿਸ ਤਰੀਕੇ ਦਾ ਮੁਕਾਬਲਾ ਕਰਨਗੇ ਤੁਹਾਡੇ ਨਾਲ, ਕਿਵੇਂ ਦਾ ਵੋਟ ਬੈਂਕ ਉਹਨਾਂ ਦਾ? ਸੰਜੇ ਟੰਡਨ ਜੀ ਦਾ ਜਿਹੜਾ 10 ਸਾਲ ਦਾ ਜੇ ਕਿਰਨ ਖੇਰ ਜੀ ਦਾ ਕਾਰਜਕਾਲ ਰਿਹਾ ਹੈ, ਉਹਦੇ ਚ 8 ਸਾਲ ਬਤੌਰ ਪ੍ਰਧਾਨ ਇਹ ਵੀ ਨੇ, ਇਹ ਵੀ ਸ਼ਾਮਿਲ ਸੀ, ਇਹ ਵੀ ਬਤੌਰ ਪ੍ਰਧਾਨ ਬੀਜੇਪੀ, ਇਹ ਇਹਨਾਂ ਦਾ ਵੀ 8 ਸਾਲ ਦਾ ਕਾਰਜਕਾਲ ਉਹਨਾਂ ਦੇ ਨਾਲ ਸੀ। ਜਿੰਨੀ ਕੁ ਜ਼ਿੰਮੇਦਾਰੀ ਕਿਰਨ ਖੇਰ ਜੀ ਦੀ ਬਣਦੀ ਹੈ, ਉਨੀ ਕੁ ਜ਼ਿੰਮੇਦਾਰੀ ਤਾਂ ਪ੍ਰਧਾਨ ਦੀ ਵੀ ਬਣਦੀ ਹੁੰਦੀ ਨਾ, ਕਿ ਪਾਰਟੀ ਪ੍ਰਧਾਨ ਦਾ ਵੀ ਹੁੰਦਾ ਹੈ ਕਿ ਮੈਂ ਆਪਣੇ ਲੋਕਾਂ ਦੇ ਕੰਮ ਕਰਾ ਕੇ ਦੇਣੇ ਨੇ, ਉਦੋਂ ਕੰਮ ਨਹੀਂ ਹੋਏ। ਇਸ ਕਰਕੇ ਲੋਕ ਸਭ ਜਾਣਦੇ ਨੇ, ਜਿਹੜੀਆਂ ਹੁਣ ਕਹਿ ਰਹੇ ਹਾਂ ਅਸੀਂ ਪੰਜਾਬੀ ਦਾ ਮਸਲਾ ਹੱਲ ਕਰਾ ਦਾਂਗੇ, ਅਸੀਂ ਇਹ ਕਰ ਦਾਂਗੇ, ਅਸੀਂ ਕਰ ਦਾਂਗੇ, ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਡਿਸੇਬਲ ਪੈਨਸ਼ਨ ਪਿਛਲੇ ਕਿੰਨੇ ਸਾਲਾਂ ਤੋਂ ਨਹੀਂ ਵਧੀ, ਸਟੇਟਾਂ ਦੇ ਵਿੱਚ ਜ਼ਿਆਦਾ ਹੈ, ਇੱਥੇ ਘੱਟ ਹੈ। ਸ਼ਗਨ ਸਕੀਮ ਇੱਥੇ ਨਹੀਂ ਹੈ ਕਿ ਸੈਂਟਰ ਗਵਰਨਮੈਂਟ ਕੋਲ ਫੰਡ ਨਹੀਂ, ਜਦੋਂ ਪੰਜਾਬ ਹਰਿਆਣਾ ਸਟੇਟਾਂ ਦੇ ਵਿੱਚ ਸ਼ਗਨ ਸਕੀਮ ਹੈ, ਇੱਥੇ ਕਿਉਂ ਨਹੀਂ ਹੈ? ਉਹ ਗਰੀਬ ਬੱਚੇ ਕਿੱਥੇ ਜਾਣ, ਬੱਚਿਆਂ ਬੱਚੀਆਂ? ਅੱਛਾ, ਤੁਸੀਂ ਸ਼੍ਰੋਮਣੀ ਅਕਾਲੀ ਦਲ ਤੋਂ ਪਹਿਲੀ ਵਾਰ ਚੋਣ ਲੜਨ ਜਾ ਰਹੇ ਹੋ, ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਾ ਬੂਟਾ ਲੱਗਣ ਜਾ ਰਿਹਾ ਜਾਂ ਤੁਸੀਂ ਫਲ ਤੋੜਨ ਜਾ ਰਹੇ ਹੋ ਉਸਦਾ? ਨਹੀਂ, ਬੂਟਾ ਅਸੀਂ ਲਾਇਆ, ਬੂਟਾ ਤਾਂ ਤੁਹਾਡੇ ਸਾਹਮਣੇ ਐਡਾ ਵੱਡਾ ਹੋਇਆ ਨੇ, ਇਹ ਬੂਟਾ ਪਹਿਲਾਂ ਕਿਸੇ ਹੋਰ ਨਾਲ ਚੱਲਦਾ ਸੀ ਨਾ ਅਟੈਚ ਹੋ ਕੇ? ਨਹੀਂ ਨਹੀਂ, ਬੂਟਾ ਇਹ ਬੂਟਾ ਇੰਡੀਵਿਜੁਅਲ ਆਇਆ ਹੋਇਆ ਹੈ, ਇਹ ਜਿੱਤ ਕੇ ਇਸ ਵਾਰ ਅਸੀਂ ਉਹਨਾਂ ਦੇ ਨਾਲ ਨਹੀਂ ਸੀ, ਇਹ ਬੂਟਾ ਉਹਨਾਂ ਤੋਂ ਅੱਡ ਹੋ ਕੇ ਆਇਆ, ਹੁਣ ਤਾਂ ਫਲ ਦੀ ਆਸ ਰੱਖਦੇ ਹਾਂ। ਪਰ ਪੰਜਾਬ ਦੇ ਵਿੱਚ ਕਈ ਲੋਕ ਇਹ ਕਹਿ ਰਹੇ ਨੇ ਕਿ ਸੁਖਬੀਰ ਬਾਦਲ ਜਿਹੜੀ ਪੰਜਾਬ ਬਚਾਓ ਯਾਤਰਾ ਕੱਢ ਰਹੇ ਨੇ ਜੀ, ਤਾਂ ਉਹ ਆਪਣੇ ਪਰਿਵਾਰ ਬਚਾਓ ਯਾਤਰਾ ਕੱਢ ਰਹੇ, ਨਾ ਕਿ ਉਹ ਲੋਕਾਂ ਦੇ ਹਿੱਤਾਂ ਵਾਸਤੇ। ਨਹੀਂ, ਪਰਿਵਾਰ ਬਚਾਓ ਕਿੰਨੇ ਲੋਕ ਨੇ ਉਹਦੇ ਉਹਨਾਂ ਦੇ ਪਰਿਵਾਰ ਦੇ ਲੜ ਰਹੇ, ਕੀ ਸਿਰਫ ਉਹ ਬਠਿੰਡਾ ਦੇ ਵਿੱਚ ਯਾਤਰਾ ਕੱਢ ਰਹੇ ਆ? ਉਹ ਸਾਰੇ ਪੰਜਾਬ ਦੇ ਵਿੱਚ ਕੱਢ ਰਹੇ ਆ ਨਾ ਜੀ ਯਾਤਰਾ, ਤਾਂ ਉਹ ਪਰਿਵਾਰ ਬਚਾਓ ਕਿਵੇਂ ਹੋਊਗੀ? ਹੁਣ ਉਹਨਾਂ ਨੂੰ ਰਾਤਾਂ ਦੀ ਨੀਂਦ ਉੜੀ ਹੋਈ ਹੈ, ਉਹਨਾਂ ਕੋਲ ਕੈਂਡੀਡੇਟ ਨੀ ਮਿਲੇ, ਉਹਨਾਂ ਨੂੰ ਕੈਂਡੀਡੇਟ ਨੀ ਮਿਲੇ ਬਾਕੀ ਪਾਰਟੀਆਂ ਨੂੰ ਆਪਣੇ MLA ਲੜਾ ਰਹੀਆਂ ਨੇ। ਠੀਕ ਹੈ ਜੀ। ਪਰ ਦੂਜੇ ਪਾਸੇ ਕਈ ਲੋਕਾਂ ਵੱਲੋਂ ਇਹ ਵੀ ਗੱਲਾਂ ਆ ਰਹੀਆਂ ਨੇ ਕਿ ਹਰਦੀਪ ਸਿੰਘ ਸੈਣੀ ਦੇ ਉੱਤੇ ਅਕਾਲੀ ਦਲ ਨੇ
ਇੱਕ ਦਾਅ ਖੇਲਿਆ ਕਿ ਸਾਨੂੰ ਪੰਜਾਬ ਦੇ ਵਿੱਚ ਵੀ ਸੈਣੀ ਭਾਈਚਾਰੇ ਦੀ ਵੋਟ ਪੈ ਜਾਏਗੀ ਕਿ ਅਸੀਂ ਕਹਿਣ ਜੋਗੇ ਹੋ ਜਾਵਾਂਗੇ। ਚੰਡੀਗੜ੍ਹ ਦੇ ਵਿੱਚ ਅਸੀਂ ਦੇਖੋ ਪੰਜਾਬ ਦੀ ਰਾਜਧਾਨੀ ਵਿੱਚ ਸੈਣੀ ਭਰਾ ਨੂੰ ਉਮੀਦਵਾਰ ਐਲਾਨ ਕੀਤਾ। ਨਹੀਂ ਇਹੀ ਜੀ ਕੋਈ ਗੱਲ ਨਹੀਂ ਹੈ, ਉਹ ਪਹਿਲਾਂ ਵੀ ਜਿਹੜਾ ਹੈ ਜੇ ਮੈਨੂੰ ਡਿਪਟੀ ਮੇਅਰ ਉਹ ਡਿਪਟੀ ਮੇਅਰ ਵੀ ਮੈਂ ਪਾਰਟੀ ਤੋਂ ਹੀ ਸੀਗਾ ਨਾ, ਹਾਂ ਕੌਂਸਲਰ ਵੀ ਮੈਂ ਪਾਰਟੀ ਤੋਂ ਹੀ ਸੀ, ਆਜ਼ਾਦ ਤਾਂ ਨਹੀਂ ਸੀਗਾ, ਕੋਈ ਨਵਾਂ ਦਾ ਤਾਂ ਨਹੀਂ ਖੇਡ ਰਹੇ। ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਵੀ ਤਾਂ ਉਦੋਂ ਵੀ ਮੈਂ ਸੈਣੀ ਸੀਗਾ ਨਾ, ਕੋਈ ਨਵੀਂ ਚੀਜ਼ ਤਾਂ ਨਹੀਂ ਖੇਡ ਰਹੇ। ਬਿਲਕੁਲ, ਇਸ ਕਰਕੇ ਉਹ ਪਹਿਲਾਂ ਵੀ ਮੈਨੂੰ ਮੇਰੇ ਤੇ ਵਿਸ਼ਵਾਸ ਰੱਖਦੇ ਸੀ, ਹੁਣ ਵੀ ਵਿਸ਼ਵਾਸ ਰੱਖ ਰਹੇ ਹਾਂ ਉਹਨਾਂ ਦਾ। ਸੈਣੀ ਬਰਾਦਰੀ ਨੂੰ ਜੇ ਹਰੇਕ ਪਾਰਟੀ ਓਵਲਾਈਜ਼ ਕਰ ਰਹੀ ਹੈ, ਦੇ ਰਹੀ ਹੈ, ਤਾਂ ਜੇ ਉਹਨਾਂ ਨੇ ਦੇਤੀ ਡਾਕਟਰ ਬਲਵੀਰ ਗਾਂਧੀ, ਉਹ ਵੀ ਸੈਣੀ ਹੈ, ਜੇ ਇਹਨਾਂ ਨੇ ਦਈ ਆ ਤਾਂ ਉਹਨਾਂ ਨੇ ਵੀ ਦਈ ਹੈ ਨਾ ਕਿਤੇ ਨਾ ਕਿਤੇ। ਹਰੇਕ ਹਰੇਕ ਪਾਰਟੀ ਹਰੇਕ ਵਰਗ ਦਾ ਧਿਆਨ ਰੱਖਦੀ ਹੈ, ਪਰ ਜਿਹੜਾ ਮੇਰਾ ਜਿਹੜੀ ਮੈਰਿਟ ਤੇ ਜਿਹੜੀ ਮੇਰੀ ਚੋਣ ਹੋਈ ਹੈ, ਮੇਰੀ ਲਾਇਲਟੀ ਤੇ ਚੋਣ ਹੋਈ ਹੈ, ਮੈਂ ਵਿਕਿਆ ਨੀ, ਮੈਂ ਝੁਕਿਆ ਨੀ। ਸਾਰੇ ਕੌਂਸਲਰ ਤੁਸੀਂ ਦੇਖੇ ਹੈ ਕਿ ਇੱਥੇ ਨਹੀਂ ਸੀ ਹੁੰਦੇ, ਸਿਰਫ ਹਰਦੀਪ ਸਿੰਘ ਬੈਠਦਾ ਜੀ ਕੁਰਸੀ ਡਾ ਕੇ, ਜਿਵੇਂ ਉਹ ਰੋਜ਼ ਬੈਠਦਾ ਏ, ਅੱਜ ਵੀ ਬੈਠਦਾ ਏ, ਅੱਜ ਵੀ ਉਹ ਸਾਈਨ ਕਰਕੇ, ਅੱਜ ਵੀ ਉਹ ਲੋਕਾਂ ਦੀ ਸਮੱਸਿਆ ਸੁਣ ਕੇ ਆਉਂਦਾ ਏ, ਉਹ ਉਵੇਂ ਹੀ ਬੈਠਾ ਸੀ ਉਦੋਂ ਵੀ। ਅੱਛਾ ਬਾਦਲ ਸਾਹਿਬ ਨਾਲ ਜਦੋਂ ਮੀਟਿੰਗ ਹੋਈ ਤੁਹਾਡੀ ਟਿਕਟ ਬਾਰੇ, ਕੀ ਚੱਲ ਰਿਹਾ ਸੀ ਮਨ ਦੇ ਵਿੱਚ ਕਿ ਇੰਨਾ ਵੱਡਾ ਫਤਵਾ ਦੇ ਰਹੇ ਨੇ, ਏਡਾ ਵੱਡਾ ਤੁਹਾਨੂੰ ਕਹਿ ਰਹੇ ਨੇ ਚੋਣ ਲੜਨ ਵਾਸਤੇ ਉਮੀਦਵਾਰ ਤੁਹਾਨੂੰ ਬਣਾਇਆ ਜਾ ਰਿਹਾ, ਤਾਂ ਇੱਕ ਵਾਰੀ ਅਚੰਬਾ ਲੱਗਿਆ ਕਿ ਮੈਂ ਕਿੱਥੇ ਕੌਂਸਲਰ ਜਾਂ ਡਿਪਟੀ ਮੇਅਰ ਤੱਕ ਚੋਣ ਲੜੀ ਹੈ ਕਿ ਹੁਣ ਇੱਕ MP ਦੀ ਚੋਣ ਲੜਨੀ, ਇੱਕ ਇੰਨਾ ਵੱਡਾ ਵੋਟ ਬੈਂਕ ਹਾਸਲ ਕਰਨਾ, ਤਾਂ ਉਸ ਸਮੇਂ ਦੇ ਵਿੱਚ ਮਨ ਦੇ ਵਿੱਚ ਕੀ ਚੱਲਦਾ ਸੀ ਤੁਹਾਨੂੰ? ਮਨ ਦੇ ਵਿੱਚ ਇਹ ਗੱਲ ਨਾ ਜੀ ਸਾਡੀ ਅੱਜ ਤੋਂ 3-4 ਮਹੀਨੇ ਪਹਿਲਾਂ ਪ੍ਰਧਾਨ ਜੀ ਨੇ ਮੈਨੂੰ ਕਨਵੇ ਕਰਤੀ ਸੀ। ਅੱਛਾ, ਤਿਆਰੀ ਕਰ ਲਓ। ਹਾਂ ਬਈ ਤੁਸੀਂ ਤਿਆਰੀ ਕਰੋ ਬਈ ਤੁਸੀਂ MP ਦੀ ਚੋਣ ਲੜਨੀ। ਇਸ ਕਰਕੇ ਕੋਈ ਜਦੋਂ ਟਿਕਟ ਅਨਾਉਂਸ ਹੋਈ ਕੋਈ ਅਚੰਬਾ ਨਹੀਂ ਸੀ, ਕਿਉਂਕਿ ਪਹਿਲਾਂ ਤੋਂ ਹੀ ਮੈਨੂੰ ਇਹ ਚੀਜ਼ ਪਤਾ ਸੀ, ਔਰ ਉਹਨਾਂ ਨੇ ਇੰਨਾ ਮਾਣ ਬਖਸ਼ਿਆ, ਉਹਨਾਂ ਵਾਸਤੇ ਉਹਨਾਂ ਦੇ ਧੰਨਵਾਦੀ ਹਾਂ ਤੇ ਉਮੀਦ ਕਰਦੇ ਹਾਂ ਕਿ ਉਹਨਾਂ ਦੀਆਂ ਜਿਹੜੀਆਂ ਉਮੀਦਾਂ ਤੇ ਖਰਾ ਉਤਰ ਸਕਾਂ। ਜਿਵੇਂ ਪਹਿਲਾਂ ਪਾਰਟੀ ਨੂੰ ਜਿੱਤ ਕੇ ਫਤਵਾ ਦਿਆ ਏ 3 ਵਾਰ, ਉਵੇਂ ਦਾ ਹੀ ਫਤਵਾ ਇਸ ਵਾਰ ਵੀ ਦੇ ਸਕਦਾ। ਪਰ ਇੱਕ ਅਕਾਲੀ ਦਲ ਦੇ ਵਿੱਚ ਇਹ ਬਹੁਤ ਪੋਜ਼ਿਟਿਵ ਗੱਲ ਹੈ ਕਿ ਵਰਕਰ ਦਾ ਬਹੁਤ ਧਿਆਨ ਰੱਖਦੀ ਹੈ, ਕਿ ਵਰਕਰ ਨੂੰ ਹਰ ਤਰੀਕੇ ਦਾ ਅਹੁਦਾ ਵੀ ਜਾਂ ਹਰ ਤਰੀਕੇ ਦਾ ਰੁਤਬਾ ਦੇਣ ਦੀ ਕੋਸ਼ਿਸ਼ ਕਰਦੀ ਹੈ, ਕਿ ਜਿਹੜਾ ਹੋਰ ਪਾਰਟੀਆਂ ਵਿੱਚ ਮੇਰੇ ਖਿਆਲ ਇਹ ਚੀਜ਼ ਦੀ ਘਾਟ ਹੈ। ਮੈਂ ਪ੍ਰਧਾਨ ਜੀ ਨੂੰ ਹੁਣ ਜਦੋਂ ਮੈਂ ਟਿਕਟ ਮਿਲਣ ਤੋਂ ਬਾਅਦ ਮਿਲਿਆ, ਮੈਂ ਕਿਹਾ ਪ੍ਰਧਾਨ ਜੀ ਇੱਕ ਪਾਸੇ ਕੋਈ 150 ਕਰੋੜ ਵਾਲਾ ਏ, ਇੱਕ ਪਾਸੇ ਕੋਈ 500 ਕਰੋੜ ਵਾਲਾ ਏ, ਮੈਂ ਮੇਰੇ ਕੋਲ ਪੈਸੇ ਕੋਈ ਨਹੀਂ, ਇੱਕ ਪਾਸੇ ਤੁਸੀਂ ਇੱਕ 5400 ਰੁਪਏ ਜੀ ਦੇ ਖਾਤੇ ਚ ਨੂੰ ਟਿਕਟ ਦੇਤੀ। ਇਸ ਕਰਕੇ ਉਹਨਾਂ ਨੇ ਕਿਹਾ ਬੇਟਾ ਪਾਰਟੀ ਤੁਹਾਡੇ ਨਾਲ ਖੜੀ ਹੈ, ਪਾਰਟੀ ਨਾਲ ਖੜੀ ਹੈ, ਪਾਰਟੀ ਸਾਰਾ ਕੁਝ ਤੁਹਾਡੇ ਨਾਲ ਹੋ ਕੇ ਕਰੇਗੀ, ਕੋਈ ਘਬਰਾਉਣ ਦੀ ਲੋੜ ਨਹੀਂ ਹੈ। ਫੰਡ ਦੀ ਲੋੜ ਪਵੇਗੀ ਇਸ ਚੋਣਾਂ ਦੇ ਵਿੱਚ? ਦੇਖੋ ਮੰਗਣੇ ਪੈਂਦੇ ਲੋਕਾਂ ਨੂੰ ਪੈਸੇ? ਪੈਸੇ ਨਹੀਂ ਵੰਡੀ ਦੇ, ਨਾ ਕਦੀ ਵੰਡੇ ਆ ਨਾ ਵੰਡੀ ਦੇ, ਕੋਈ ਇਲਾਜ ਵਗੈਰਾ ਵੰਡਦੇ ਹੋ? ਮਤਲਬ ਨਹੀਂ ਜੀ, ਮਤਲਬ ਤੁਸੀਂ ਪੈਸੇ ਨਾਲ ਵੋਟ ਨਹੀਂ ਖਰੀਦ ਸਕਦੇ, ਤੁਸੀਂ ਪਿਆਰ ਨਾਲ ਆਪਣੇ ਮੁੱਦਿਆਂ ਨਾਲ ਵੋਟ ਲੈ ਸਕਦੇ ਹੋ। ਹਰਦੀਪ ਸਿੰਘ ਜਦੋਂ ਇਲੈਕਸ਼ਨ ਕੌਂਸਲਰ ਦਾ ਵੀ ਲੜਦਾ ਰਿਹਾ ਏ, 3 ਇਲੈਕਸ਼ਨਾਂ ਲੜੀਆਂ ਏ, ਇੱਕ ਵਾਰ ਹਰਦੀਪ ਸਿੰਘ ਕੋਲ 5 ਪੈਸੇ ਹਰੇਕ ਵਾਰ ਜਿਹੜੇ ਨਾ ਹਰਦੀਪ ਸਿੰਘ ਨੂੰ ਪੈਸੇ ਬਚਦੇ ਹੀ ਰਹੇ ਆ, ਲੋਕ ਆਪ ਲੋਕ ਅੱਗੇ ਹੋ ਕੇ ਖਰਚਾ ਕਰਦੇ ਨੇ। 22 ਪਿੰਡ ਬਚੇ ਹੋਏ ਨੇ ਚੰਡੀਗੜ੍ਹ ਦੇ ਵਿੱਚ, 22 ਪਿੰਡਾਂ ਦੇ ਲੋਕਾਂ ਦੀ ਕੀ ਆਵਾਜ਼ ਤੁਹਾਡੇ ਵੱਲੋਂ, ਕਿਉਂਕਿ ਕਈ ਤਰ੍ਹਾਂ ਦੇ ਮੁੱਦੇ ਤੁਹਾਡੇ ਨਾਲ ਜੁੜੇ ਹੋਏ ਨੇ ਅਕਾਲੀ ਦਲ ਦੇ ਨਾਲ, ਭਾਵੇਂ ਬੇਅਦਬੀ ਦਾ ਮੁੱਦਾ, ਭਾਵੇਂ ਬਰਗਾੜੀ ਕਾਂਡ ਦਾ ਮੁੱਦਾ, ਤਾਂ ਹੋਰ ਤਰ੍ਹਾਂ ਦੇ ਕਈ ਤਰ੍ਹਾਂ ਦੇ ਮੁੱਦੇ, ਜਿਹੜੇ ਨਸ਼ਿਆਂ ਦਾ ਮੁੱਦਾ, ਤਾਂ ਇਸ ਨੂੰ ਕਿਵੇਂ ਧੋਵੋਗੇ ਪਿੰਡਾਂ ਦੇ ਵਿੱਚ ਜਾ ਕੇ, ਕਿਵੇਂ ਲੋਕਾਂ ਦੇ ਨਾਲ ਰਾਬਤਾ ਕਰਕੇ ਤੁਸੀਂ ਦੱਸੋਗੇ ਕਿ ਹਾਂ ਇਸ ਵਾਰ ਖੇਤਰੀ ਪਾਰਟੀ ਨੂੰ ਮੌਕਾ ਦਿਓ? ਨਹੀਂ ਦੇਖੋ, ਜਿਹੜੇ ਵੀ ਤੁਸੀਂ ਮੁੱਦੇ ਕਹੇ ਆ ਉਹਨਾਂ 'ਚ ਅਸੀਂ ਦੋਸ਼ੀ ਕਿੱਥੇ ਸਾਬਤ ਹੋਏ? ਸਰਕਾਰ ਤਾਂ ਤੁਹਾਡੀ ਸੀ,
ਸਰਕਾਰਾਂ ਸਾਡੀਆਂ ਸੀਗੀਆਂ ਤਾਂ ਉਹ ਤੋਂ ਬਾਅਦ ਬੜੀਆਂ ਸਰਕਾਰਾਂ ਨਿਕਲ ਗਈਆਂ ਜਿਹੜੇ ਕਹਿੰਦੇ ਸਾਨੂੰ ਅੰਦਰ ਦੇ ਦਾਂਗੇ ਉਹ ਕਰ ਦਾਂਗੇ, ਤਾਂ ਅਸੀਂ ਦੋਸ਼ੀ ਨਹੀਂ ਸੀ ਤਾਂ ਕਰਕੇ ਨਾ ਅਸੀਂ ਤਾਂ ਸਿੱਟ ਬਣਾਈ ਹੈ, ਸਾਰੇ ਉੱਥੇ ਚੀਜ਼ਾਂ ਕਰੀਆਂ ਨੇ ਨਾ, ਸਮੇਂ ਸਮੇਂ ਤੇ ਜਿਹੜੀ ਉਸ ਸਮੇਂ ਦੀ ਸਰਕਾਰ ਦੀ ਜ਼ਰੂਰਤ ਸੀ ਉਹ ਕੀਤੀ ਹੈ, ਔਰ ਜੇ ਕਿਤੇ ਸਾਤੋਂ ਗਲਤੀਆਂ ਰਹੀਆਂ ਨੇ ਤਾਂ ਉਹਦੀ ਅਸੀਂ ਆਪਣਾ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਮਾਫ਼ੀ ਵੀ ਮੰਗੀ। ਲੇਟ ਨਹੀਂ ਲੱਗਦਾ ਕਿ ਮਾਫ਼ੀ ਮੰਗੀ ਸੁਖਬੀਰ ਬਾਦਲ ਜੀ ਨੇ? ਨਹੀਂ ਬਿਲਕੁਲ, ਉਹ ਤਾਂ ਕਦੋਂ ਦੇ ਕਹਿੰਦੇ ਆ ਰਹੇ ਨੇ, ਉਹਨਾਂ ਨੇ ਕਿਹਾ, ਉਹਨਾਂ ਨੇ ਇਹ ਕਿਹਾ ਕਿ ਜਾਣੇ ਅਣਜਾਣੇ ਜੇ ਸਾਤੋਂ ਗਲਤ ਗਲਤੀ ਹੋਈ ਹੋਵੇ ਤਾਂ ਉਹਦੇ ਵਾਸਤੇ ਜੀ ਖਿਮਾ ਦੇ ਜਾ ਚੁੱਕਾ, ਠੀਕ ਹੈ। ਦੂਜੇ ਪਰ ਉਂਗਲੀ ਕਰਨੀ ਸੌਖੀ ਹੈ, ਉਂਗਲੀ ਕਰਨੀ ਬੜੀ ਸੌਖੀ। ਅੱਛਾ, ਚੰਡੀਗੜ੍ਹ ਦੇ ਪਿੰਡਾਂ ਦਾ ਬਹੁਤ ਬੁਰਾ ਹਾਲ ਹੈ, ਰੋਡਾਂ ਦੀ ਗੱਲ ਕਰੀਏ, ਸੀਵਰੇਜ ਜਿਹੜੀ ਪਾਈ ਹੈ, ਮਤਲਬ ਟਾਈਲਾਂ ਲਗਾਈਆਂ ਗਈਆਂ ਨੇ, ਅਜੇ ਉਹਨੂੰ ਢੱਕਣ ਨਹੀਂ ਲੱਗਿਆ। ਅਸੀਂ ਸਾਰੰਗਪੁਰ ਦੀ ਗੱਲ ਕਰੀਏ, ਖੁੱਡਾ ਲਾਹੌਰ ਦੀ ਗੱਲ ਕਰੀਏ, ਧਨਾਸ, ਇਹ ਲੋਕ ਬਾਰ ਬਾਰ ਸਾਨੂੰ ਵੀ ਫੋਨ ਕਰਦੇ ਨੇ। ਹਾਲਤਾਂ ਜੀ ਬਹੁਤ ਨਜਾਇਜ਼ ਕਰੀ ਹੈ ਨਾ, ਵਿਤਕਰਾ ਕੀਤਾ ਬੀਜੇਪੀ, ਬਹੁਤ ਨਜਾਇਜ਼ ਕਰੀ ਹੈ। ਤੁਸੀਂ ਰੋਕਿਆ ਨਹੀਂ ਬੀਜੇਪੀ ਨੂੰ? ਜਦੋਂ ਪੰਚਾਇਤਾਂ ਟੁੱਟੀਆਂ, ਹਰਦੀਪ ਸਿੰਘ ਨੇ ਕਿਹਾ ਸੀਗਾ ਕਿ ਮੈਂ ਅਸਤੀਫਾ ਦਿੰਦਾ ਹਾਂ। ਹਾਂਜੀ, ਮੇਰੇ ਕੋਲ 3 ਪਿੰਡ ਸੀਗੇ, ਉਦੋਂ 9 ਪਿੰਡ ਸਭ ਤੋਂ ਪਹਿਲਾਂ ਕਾਰਪੋਰੇਸ਼ਨ ਚ ਸੀਗੇ, ਉਦੋਂ ਬਾਅਦ ਇਹ ਪਿੰਡਾਂ ਦੀਆਂ ਪੰਚਾਇਤਾਂ ਤੋੜੀਆਂ ਸੀਗੀਆਂ। ਹਾਂਜੀ, ਉਦੋਂ 2.5 ਸਾਲ ਉਹਨਾਂ ਪਿੰਡਾਂ ਦੇ ਸਿਰ ਤੇ ਕੋਈ ਨੀ ਸੀਗਾ, ਉਹ ਸਰਪੰਚ ਪੰਚ ਤੋਂ ਬਿਨਾਂ ਰਹੇ, ਹੈਡਲੈਸ ਰਹੇ ਨੇ ਉਹ ਵਿਚਾਰਿਆਂ ਦਾ ਕੀ ਕਸੂਰ ਹੈ ਹੁਣ ਉਹਨਾਂ ਦੇ? ਦੇਖ ਲਓ ਹਾਲਾਤ ਕੀ ਹੈ, ਤੁਸੀਂ ਮੇਰੇ ਪਿੰਡ ਚਲੇ ਜਾਓ, ਬਟੇਲੇ ਚਲੇ ਜਾਓ, ਜਿਹੜੇ ਮੇਰੇ ਏਰੀਆ ਚ ਪਿੰਡ ਹੈ ਉਹਨਾਂ ਦਾ ਹਾਲਾਤ ਦੇਖ ਲਓ, ਕਿੱਦਾਂ ਸੁਧਾਰ ਰੱਖੇ ਨੇ। ਹਾਂ ਬਿਲਕੁਲ, ਔਰ ਤੁਸੀਂ ਦੂਜੇ ਪਾਸੇ ਦੇਖ ਲਓ, ਇਹਨਾਂ ਦਾ ਵਿਜ਼ਨ ਨਹੀਂ ਹੈ, ਇਹਨਾਂ ਦਾ ਤਾਂ ਸਾਨੂੰ ਨਾ ਇੱਕ ਦੂਜੇ ਦਰਜੇ ਦੇ ਨਾਗਰਿਕ ਹੋਣ ਦਾ ਅਹਿਸਾਸ ਕਰਾਉਂਦੇ ਨੇ ਸਾਨੂੰ ਇਹ ਪਿੰਡਾਂ ਵਾਲੇ। ਅਜੇ ਵੀ ਮਤਲਬ ਕਿ ਪ੍ਰਕਿਰਿਆ ਤੁਰੀ ਹੋਈ ਹੈ ਕਿ ਇਹਨਾਂ 22 ਪਿੰਡਾਂ ਨੂੰ ਵੀ ਉਜਾੜਿਆ ਜਾਵੇ? ਬਿਲਕੁਲ ਬਿਲਕੁਲ, ਜਿਹੜਾ ਇਹਨਾਂ ਦਾ ਅਗਰ ਇਹਨਾਂ ਦਾ ਏਜੰਡਾ ਚੱਲੇ ਤਾਂ ਜਿਹੜੇ ਕੇਂਦਰ ਦੇ ਰੂਲ ਇੱਥੇ ਲਾ ਦੇ, ਕੇਂਦਰ ਦੇ ਜਿਹੜੇ ਅਫਸਰ ਹੈ ਉਹ ਇੱਥੇ ਲਿਆ ਰਹੇ ਨੇ, ਜਿਹੜਾ ਸਟੇਟਾਂ ਦਾ ਜਿਹੜੇ ਅਧਿਕਾਰ ਹੈ ਉਹ ਗ੍ਰਹਿ ਮੰਤਰਾਲੇ ਦਾ ਸਾਰਾ, 60-40 ਵਾਲੀ ਰੇਸ਼ੋ ਕਿੱਥੇ ਚਲੇਗੀ? ਇਸ ਕਰਕੇ ਬਹੁਤ ਸਾਰੇ ਕੰਮ ਨੇ ਜਿਹੜੇ ਹੋਣ ਵਾਲੇ ਨੇ, ਉਹ ਖੇਤਰੀ ਪਾਰਟੀ ਕਰ ਸਕਦੀ ਹੈ ਉੱਥੇ ਜਾ ਕੇ ਗੱਲ, ਇਹਨਾਂ ਚੋਂ ਨੀ ਹੈਗਾ ਕਿ ਇਹ ਉੱਪਰ ਨੂੰ ਉਹਨਾਂ ਨੂੰ ਗੱਲ ਕਰ ਸਕਣ, ਉਹਨਾਂ ਦਾ ਏਜੰਡਾ ਇੱਥੇ ਆ ਸਕਦਾ, ਇਹਨਾਂ ਦਾ ਏਜੰਡਾ ਉੱਧਰ ਨੀ ਜਾਂਦਾ। ਇੱਕ ਐਮਪੀਆਂ ਦੇ ਉੱਤੇ ਇਹ ਬਹੁਤ ਇਲਜ਼ਾਮ ਲੱਗਦੇ ਨੇ ਕਿ ਜਦੋਂ ਕੋਈ ਵੀ ਐਮਪੀ ਬਣ ਜਾਂਦਾ, ਭਾਵੇਂ ਪੰਜਾਬ ਦਾ ਭਾਵੇਂ ਚੰਡੀਗੜ੍ਹ ਦਾ, ਇਹ ਜਾ ਕੇ ਦਿੱਲੀ ਬਹਿ ਜਾਂਦੇ, ਫਿਰ ਕਹਿੰਦੇ ਕਿ ਜਦੋਂ ਵੀ ਕੋਈ ਬੰਦਾ ਵਰਕਰ, ਹੁਣ ਤਾਂ ਤੁਸੀਂ ਕਹਿ ਦਿੰਦੇ ਕਿ ਹਾਂ ਜਦ ਮਰਜ਼ੀ ਮੇਰੀ ਕੋਠੀ ਆਓ, ਮੇਰੇ ਦਫ਼ਤਰ ਆਓ, ਕੋਈ ਵੀ ਐਮਪੀ ਕਹਿ ਦਿੰਦਾ ਹੈ ਨਾ, ਪਰ ਜਦੋਂ ਜਾਂਦੇ ਹਾਂ ਫਿਰ ਕਹਿੰਦੇ ਕਿ ਸਾਹਿਬ ਦਿੱਲੀ ਗਏ ਹੋਏ ਹਾਂ, ਦਿੱਲੀ ਗਏ ਹੋਏ ਹਾਂ। ਹਰਦੀਪ ਸਿੰਘ ਕੀ ਦਾਅਵਾ ਕਰਦਾ ਹੈ ਕਿ ਉਹ ਦਿੱਲੀ ਘੱਟ ਚੰਡੀਗੜ੍ਹ ਜ਼ਿਆਦਾ ਰਹੇ? ਬਿਲਕੁਲ ਜੀ, ਹਰਦੀਪ ਸਿੰਘ ਜੋ ਕਹਿੰਦਾ ਹੈ ਉਹ ਕਰਦਾ ਹੈ। ਹਰਦੀਪ ਸਿੰਘ ਜਿਵੇਂ ਹੁਣ ਟਾਈਮ ਦਿੰਦਾ ਹੈ, ਜਨਤਾ ਦਰਬਾਰ ਲਾਉਂਦਾ ਹੈ, ਰੋਜ਼ ਬੈਠਦਾ ਹੈ, ਹੁਣ ਵੀ ਲਾਉਂਦਾ? ਬਿਲਕੁਲ ਲਾਉਂਦਾ। ਅੱਛਾ, ਹੁਣ ਵੀ ਸਵੇਰੇ ਮੈਂ ਅੱਜ ਵੀ ਘੰਟਾ ਬੈਠ ਗਿਆ। ਅੱਛਾ, ਮੈਂ ਆਪਣੀ ਕੈਂਪੇਨ ਦੇਖੋ, ਮੇਰਾ ਮੇਰੇ ਲੋਕਾਂ ਨੇ ਜਿਤਾਇਆ ਹੈ ਜਿਨ੍ਹਾਂ ਨੇ ਮੈਨੂੰ, ਉਹ ਮੈਨੂੰ ਪਹਿਲਾਂ ਨੇ, ਅੱਜ ਵੀ ਮੈਂ ਸਵੇਰੇ ਸਾਈਨ ਕਰਕੇ ਆਇਆ, ਅੱਜ ਵੀ ਮੈਂ ਸਵੇਰੇ ਲੋਕਾਂ ਨੂੰ ਮਿਲ ਕੇ ਆਇਆ, ਰੋਜ਼ ਮਿਲਦਾ ਹੈ, ਸਮਾਂ ਦਿਆ ਹੋਇਆ ਕਿ ਮੈਨੂੰ ਚੋਣ ਕਰਕੇ ਮੈਨੂੰ ਇਸ ਸਮੇਂ ਆ ਜਾਇਓ, ਔਰ ਜਿਹੜਾ ਟਾਈਮਿੰਗ ਬਣੀ ਹੋਈ ਹੈ, ਟਾਈਮਿੰਗ ਬਣਦੀ ਹੈ ਵੀ ਇਸ ਸਮੇਂ ਆ ਜਾਇਓ, ਫੋਨ ਤੇ ਮੈਂ ਹਰ ਟਾਈਮ ਉਪਲਬਧ ਆ। ਅੱਛਾ, ਔਰ ਜਿਹੜਾ ਮੈਂ ਖੁੱਲੇ ਦਰਬਾਰ ਲਾਵਾਂਗੇ, ਜਿਵੇਂ ਬਾਦਲ ਸਾਹਿਬ ਸੰਗਤ ਦਰਸ਼ਨ ਕਰਦੇ ਜੀ, ਤੁਸੀਂ ਬੈਠਣ ਦੀ ਗੱਲ ਕਰਦੇ ਹੋ, ਮੈਂ ਉਹਨਾਂ ਦੇ ਵਿੱਚ ਜਾ ਕੇ ਬੈਠ ਕੇ ਉਹਨਾਂ ਦੇ ਉਹੀ ਚੱਲੇਗੀ, ਤਾਂ ਹੀ ਕਰਕੇ ਹਰਦੀਪ ਸਿੰਘ ਬਚਿਆ ਹੋਇਆ। ਕਿੰਨਾ ਕੁ ਹੁਣ ਲਾਸਟ ਸਵਾਲ ਹੈ, ਕਿੰਨਾ ਕੁ ਲੋਕਾਂ ਤੇ ਭਰੋਸਾ ਲੱਗਦਾ ਤੁਹਾਨੂੰ? ਤੁਸੀਂ ਲਗਾਤਾਰ ਕੰਪੇਨ ਵੀ ਕਰ ਰਹੇ ਹੋ, ਡੋਰ ਟੂ ਡੋਰ ਲੋਕਾਂ ਕੋਲ ਜਾ ਵੀ ਰਹੇ ਹੋ, ਕਿੰਨਾ ਕੁ ਲੋਕਾਂ ਦਾ ਹੁੰਗਾਰਾ ਮਿਲ ਰਿਹਾ ਕਿ ਖੇਤਰੀ ਪਾਰਟੀ ਨੂੰ ਚਾਹੁੰਦੇ ਨੇ ਲੋਕ, ਜਾਂ ਫਿਰ ਪਹਿਲਾਂ ਵਾਂਗੂ ਕਾਂਗਰਸ ਭਾਜਪਾ ਨੂੰ ਚਾਹੁਣ ਵਾਸਤੇ, ਕਿਉਂਕਿ ਹਿੰਦੂ ਦਬਕਾ ਬਹੁਤ ਵੋਟ ਹੈ ਚੰਡੀਗੜ੍ਹ ਦੇ ਵਿੱਚ ਵੀ, ਉਹਨਾਂ ਨੂੰ ਕਿਵੇਂ ਆਪਣੀ ਪਾਰਟੀ ਵੱਲ ਜੋੜੋਗੇ ਤੁਸੀਂ? ਦੇਖੋ, ਮੈਂ ਤਾਂ ਉਹੀ ਕਹਿ ਰਹੀ ਹਾਂ, ਜਦੋਂ ਮੁੱਦੇ ਨਾ ਜੀ, ਮੁੱਦੇ ਕਿਸੇ ਧਰਮ ਤੇ ਆਧਾਰਿਤ ਨਹੀਂ ਹੁੰਦੇ, ਡਿਵੈਲਪਮੈਂਟ ਕਿਸੇ ਧਰਮ ਤੇ ਆਧਾਰਿਤ ਨਹੀਂ ਹੁੰਦੀ। ਬਿਲਕੁਲ, ਹਾਊਸਿੰਗ ਬੋਰਡ ਚ ਹਰੇਕ ਤਰ੍ਹਾਂ ਦਾ, ਮੈਂ ਤੁਹਾਨੂੰ ਦੱਸ ਕੇ ਹਟਿਆ ਪਹਿਲਾਂ ਵੀ, ਉੱਥੋਂ ਹਿਮਾਚਲੀ ਭਾਈ ਭਰਾ ਵੀ ਹੈ ਮੇਰੇ,
ਉੱਥੋਂ ਮੇਰੇ ਉੱਤਰਾਖੰਡ ਦੇ ਭਰਾ ਵੀ ਹੈ ਬਿਲਕੁਲ ਜਿਹੜੇ ਇੱਥੇ ਕੰਮ ਕਰ ਰਹੇ ਨੇ, ਕੋਈ ਹੋਟਲ ਦੇ ਵਿੱਚ ਐਗਜ਼ੀਕਿਊਟਿਵ ਸ਼ੈਫ ਹੈ, ਕੋਈ ਕੁਛ ਕਰ ਰਿਹਾ, ਉਹ ਸਾਰੇ ਤਬਕੇ ਦੇ ਕੰਮ ਅਸੀਂ ਕਰਾਂਗੇ। ਕੋਈ ਧਰਮ ਦੇ ਆਧਾਰ ਤੇ ਨਾ ਵੋਟ ਮੰਗੀ ਹੈ ਨਾ ਮੰਗਣੀ ਹੈ, ਸੇਵਾ ਕਰਦੇ ਹਾਂ ਤੇ ਸੇਵਾ ਕਰਦੇ ਰਹਾਂਗੇ, ਉਸ ਆਧਾਰ ਤੇ ਵੋਟ ਲੈਣੀ ਹੈ। ਵੀ ਮੇਰੇ ਕਾਰਜਕਾਲ ਦੇਖ ਲਓ, ਮੇਰੇ ਵਾਰਡ ਦੇ ਪਾਰਕ ਦੇਖ ਲਓ, ਤੁਸੀਂ ਮੇਰੇ ਵਾਰਡ ਦਾ ਸਾਰਾ ਸਿਸਟਮ ਜਾ ਕੇ ਦੇਖ ਸਕਦੇ ਹੋ, ਜੇ ਤੁਹਾਨੂੰ ਉਹਦੇ ਚ ਕੋਈ ਕਮੀ ਲੱਗਦੀ ਹੈ ਬੇਸ਼ੱਕ ਮੈਨੂੰ ਨਾ ਵੋਟ ਪਾਇਓ। ਠੀਕ ਹੈ, ਬਿਲਕੁਲ। ਤੁਸੀਂ ਦੇਖੋ ਕਿ ਇਹ ਸਨ ਹਰਦੀਪ ਸਿੰਘ ਪਟੇਲਾ, ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਉਤਾਰਿਆ ਚੰਡੀਗੜ੍ਹ ਦੇ ਵਿੱਚ। ਇਹਨਾਂ ਵੱਲ ਦੱਸਿਆ ਗਿਆ ਕਿ ਮੇਰੇ ਪਿਛਲੇ ਕੰਮ ਦੇਖ ਕੇ, ਭਾਵੇਂ ਪ੍ਰਧਾਨਗੀ ਨੂੰ ਦੇਖ ਕੇ ਜਾਂ ਫਿਰ MC ਦੀ ਚੋਣ ਨੂੰ ਲੈ ਕੇ, ਇਲਾਕੇ ਦੇ ਵਿੱਚ ਕੰਮ ਕੀਤੇ ਨੇ, ਸੈਕਟਰਾਂ ਦੇ ਵਿੱਚ ਕੰਮ ਕੀਤੇ ਨੇ, ਸੁਣ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਭਰੋਸਾ ਜਤਾਇਆ, ਕਿਉਂਕਿ ਲੀਡਰ ਤਾਂ ਹੋਰ ਹੀ ਬਹੁਤ ਸੀ ਚੰਡੀਗੜ੍ਹ ਦੇ ਵਿੱਚ, ਗੱਲ ਕਰੀਏ ਪਰ ਮੌਕਾ ਇਹਨਾਂ ਦਿੱਤਾ ਗਿਆ। ਪਰ ਹੁਣ ਕਿੰਨੇ ਕੁ ਫਤਵਾ ਦਿੰਦੇ ਨੇ ਲੋਕ ਚੰਡੀਗੜ੍ਹ ਦੇ, ਕਿਉਂਕਿ ਹਿੰਦੂ ਦਬਕਾ ਬਹੁਤ ਬੋਟ ਹੈ, ਭਾਵੇਂ ਪਿੰਡਾਂ ਦੇ ਲੋਕ ਵੀ ਬਹੁਤ ਨੇ, ਪਿੰਡਾਂ ਦੇ ਲੋਕ ਪੁਰਾਣੇ ਪਿੰਡਾਂ ਦੇ ਜੁੜੇ ਹੋਏ ਨੇ ਇਹਨਾਂ ਨਾਲ, ਉਹ ਕਿੰਨੇ ਕੁ ਵੋਟ ਪਾਉਂਦੇ ਨੇ ਤਾਂ ਆਉਣ ਵਾਲਾ ਸਮੇਂ ਦੱਸੇਗਾ, ਕਿਉਂਕਿ ਚੋਣਾਂ ਨਜ਼ਦੀਕ ਨੇ, ਲਗਾਤਾਰ ਪ੍ਰਚਾਰ ਹਰ ਪਾਰਟੀ ਕਰ ਰਹੀ ਹੈ, ਹਰ ਪਾਰਟੀ ਦਾਅਵਾ ਵੀ ਕਰ ਰਹੀ ਹੈ, ਪਰ MP ਬਣਨ ਤੋਂ ਬਾਅਦ ਕਿੰਨੇ ਕੁ MP ਲੋਕਾਂ ਨਾਲ ਵਿਚਰਦੇ ਨੇ ਤਾਂ ਆਉਣ ਵਾਲਾ ਸਮੇਂ ਦੱਸੇਗਾ। ਤੁਹਾਡੇ ਨਾਲ ਕੈਮਰਾਮੈਨ ਜਸਪ੍ਰੀਤ ਦੇ ਨਾਲ ਹਫ਼ਤੇ ਸਿੰਘ।